ਸਸਿਕਾਤ ਸਾਰਿਆਂ ਨੂੰ ਸਟੈਲਨਿਸ ਤੋਂ ਆਏ ਗਏ ਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਮੇਰੇ ਤੱਕ ਪਹੁੰਚੇ ਹੋ ਤੇ ਜਿੰਨੇ ਵੀ ਮੇਰੇ ਭੈਣ ਭਰਾ ਦੇਖ ਰਹੇ ਆ ਤੁਹਾਡਾ ਵੀ ਧੰਨਵਾਦ ਹੈ ਕਿ ਦੇਖੋ ਇਹ ਜਿਹੜੀ ਗੱਲ ਦਿਮਾਗ ਦੇ ਵਿੱਚ ਆਣੇ ਦੀ ਗੱਲ ਹੈਗੀ ਆ ਕਿ ਮੈਨੂੰ ਲੱਗਦਾ ਪਿਆ ਕਿ ਪੂਰੇ ਇੰਡੀਆ ਦੇ ਵਿੱਚ ਕਿ ਇਹ ਪਹਿਲਾ ਮੇਰਾ ਕਦਮ ਹੋਊਗਾ ਜਾਂ ਹੋਰ ਕਿਸੇ ਭਰਾ ਨੇ ਚੱਕਿਆ ਹੋਊਗਾ ਮੈਨੂੰ ਇਸ ਗੱਲ ਬਾਰੇ ਵੈਸੇ ਪਤਾ ਨਹੀਂ ਹੈਗਾ ਕਿ ਵੀ ਇਹ ਜਿਹੜਾ ਕੰਮ ਹੈ ਕਿ ਜਿਹੜੇ ਬੋਰਡ ਐ ਕਾਰਪੋਰੇਸ਼ਨ ਦੇ ਪਰੋ ਜਿਹੜੇ ਮੈਨੂੰ ਦਿੱਤੇ ਗਏ ਆ ਨਾ ਤੇ ਉਹਦੇ ਵਿੱਚ ਬਾਕਾਇਦਾ ਇਹਦੇ ਤੇ ਸਿਰਫ ਨਾਮ ਲਿਖਿਆ ਹੁੰਦਾ ਤੇ ਬਾੜ ਨੰਬਰ ਲਿਖਿਆ ਹੁੰਦਾ ਤੇ ਬੰਦੇ ਦਾ ਕੰਟੈਕਟ ਨੰਬਰ ਲਿਖਿਆ ਹੁੰਦਾ ਤੋਂ ਮੈਂ ਕਿਹਾ ਵੀ ਮੇਰੇ ਬਾੜ ਵਾਸੀਆਂ ਨੇ ਮੈਨੂੰ ਵੋਟਾਂ પાਕੇ ਜਿਤਾਇਆ ਤੇ ਉਹਨਾਂ ਦੇ ਲਈ ਕਿਉਂ ਨਾ ਸੁਰਤ ਲਈ ਕੋਈ ਨਾ ਕੋਈ ਕੰਮ ਕੀਤਾ ਜਾਵੇ ਤੋਂ ਮੇਰੇ ਮਾਈਂਡ 'ਚ ਆਇਆ ਕਿ ਜਦੋਂ ਕਿਸੇ ਦੀ ਲਾਈਟ ਖਰਾਬ ਹੋ ਜਾਂਦੀ ਆ ਜਾਂ ਵਾਟਰ ਸਪਲਾਈ ਲੀਕ ਹੋ ਜਾਂਦੀ ਆ ਜਾਂ ਸੀਵਰੇ ਬੰਦ ਹੋ ਜਾਂਦਾ ਤੋ ਜਾਂ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਉਹਦੇ ਲਈ ਗੱਡੀ ਹੈ ਜਿਹੜੀ ਉਹ ਮੌਕੇ ਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿੱਥੇ ਹਨ ਕਿਉਂਕਿ ਸਮਾਂ ਹੀ ਇਦਾਂ ਦਾ ਹੁੰਦਾ ਉਹ ਤੋਂ ਬਾਅਦ ਜਦੋਂ ਕੋਈ ਲਾਈਟ ਖਰਾਬ ਹੋ ਜਾਂਦੀ ਆ ਜਾਂ ਟੋਲ ਫ੍ਰੀ ਇਹਦਾ ਨੰਬਰ ਹੈਗਾ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਆ ਉਹ ਲਾਈਟ ਆ ਜਿਹੜੀ ਲੱਗਦੀ ਆ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਟੈਂਕਰ ਆ ਕਿਸੇ ਬੰਦੇ ਨੇ ਕੋਈ ਸਮਾਗਮ ਕਰਾਣਾ ਹੋਵੇ ਘਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਪ੍ਰੋਗਰਾਮ ਹੋਵੇ ਜਾਂ ਕਿਤੇ ਵਾਟਰ ਸਪਲਾਈ ਦੇ ਵਿੱਚ ਕਿਤੇ ਦਿੱਕਤ ਆ ਜਵੇ ਕੋਈ ਮੋਟਰ ਸਾੜ ਜਾਂਦੀ ਆ ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ ਤੇ ਉਹ ਸਾਰੀ ਚੀਜ਼ਾਂ ਦੇ ਲਈ ਕਾਰਪੋਰੇਸ਼ਨ ਵੱਲੋਂ ਬਹੁਤ ਸਾਰੀ ਸਹੂਲਤਾਂ ਅਹ ਦਿਤਿਆ ਜਾਂਦੀਆਂ ਨੇ ਜੇ ਕਿ ਜਿਹੜੀਆਂ ਕੀ ਸਾਡੇ ਆਮ ਸਾਰੇ ਲੋਕਾਂ ਦੇ ਘਰ ਦੇ ਵਿੱਚ ਉਹ ਪਹੁੰਚਣੀਆਂ ਚਾਹੀਦੀਆਂ ਜਿੱਦਾਂ ਕਿ ਸਾਡੇ ਸਫਾਈ ਸੇਵਕ ਮੇਰੇ ਵੀਰ ਆ ਉਹਨਾਂ ਦੇ ਉੱਪਰ ਇੱਕ ਸੁਪਰਵਾਈਜ਼ਰ ਸਾਹਿਬ ਹੁੰਦੇ ਆ ਅਗਰ ਕੋਈ ਸਫਾਈ ਸੇਵਕ ਮੇਰਾ ਭਰਾ ਜੇ ਕਿਸੇ ਇੱਕ ਅੱਧੇ ਦਿਨ ਕੋਈ ਨਾ ਵੀ ਤੇ ਜਿਹੜੇ ਮੇਰੇ ਬਾੜਵਾਸੀ ਆ ਉਹ ਸੁਪਰਵਾਈਜ਼ਰ ਸਾਹਿਬ ਨੂੰ ਫੋਨ ਕਰਕੇ ਪੁੱਛ ਸਕਦੇ ਕਿ ਭਾਈ ਸਾਹਿਬ ਵੀ ਜਿਹੜੇ ਸਾਡੇ ਸਫਾਈ ਸੇਵਕ ਹੈ ਵੀ ਉਹ ਕਾਤੇ ਨਹੀਂ ਆਏ ਕਿਉਂ ਨਹੀਂ ਆਏ ਤੁਸੀਂ ਸਾਰੀਆਂ ਗੱਲਾਂ ਉਹਨਾਂ ਤੋਂ ਪੁੱਛ ਸਕਦੇ ਆ ਇਹਦੇ ਲਈ ਤਾਂ ਮੇਰੇ ਬਾੜਵਾਸੀ ਬਹੁਤ ਚੰਗੀ ਤਰ੍ਹਾਂ ਮੈਨੂੰ ਜਾਣਦੇ ਆ ਜਾਂ ਇਹ ਕੱਲ ਹੀ ਅਸੀਂ ਉਪਰਾਲਾ ਕੀਤਾ ਮੈਂ ਪੂਰੇ ਹਿੜਪਤ ਦੇ ਵਸੀਆਂ ਦਾ ਤੇ ਤੁਹਾਡੇ ਤੋਂ ਪਹਿਲਾਂ ਇੱਕ ਭਾਈ ਸਾਹਿਬ ਨੇ ਖਬਰ ਲਾਈ ਸੀਗੀ ਤੇ ਮੈਂ ਆਪਣੇ ਫੇਸਬੁੱਕ ਤੋਂ ਵੀ ਉਹ ਫੋਟੋ ਪਾਈ ਸੀ ਤੋਂ ਮੈਂ ਹੁਸ਼ਿਆਰ ਕੋ ਬਾਸੀਆ ਸਾਰਿਆਂ ਦਾ ਦਿਲ ਤੇ ਇਹ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਭਰਾ ਦੀ ਇਸ ਸੋਚ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਸਰਾਇਆ ਕਿ ਉਹਨਾਂ ਨੇ ਮੇਰੇ ਤੇ ਹੱਥ ਰੱਖਿਆ ਆ ਉਹਨਾਂ ਸਾਰੇ ਵੀਰਾ ਭੈਣਾ ਭਰਾਵਾਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਨੂੰ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਚਾਹੇ ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬੰਦੇ ਸੀ ਜਾਂ ਫਿਰ ਅਲੱਗ-ਅਲੱਗ ਸੰਸਥਾਵਾਂ ਦੇ ਬੰਦੇ ਸੀ ਉਹਨਾਂ ਨੇ ਕਿਸੇ ਵੀ ਗੱਲ ਨੂੰ ਨਾ ਦੇਖਦੇ ਹੋਏ ਮੇਰੇ ਕੰਮ ਨੂੰ ਉਹਨਾਂ ਨੇ ਦੇਖਿਆ ਕਿ ਇਹ ਬਹੁਤ ਵਧੀਆ ਕੰਮ ਹੈ ਸਾਨੂੰ ਜਿੰਨੇ ਵੀ ਸਾਡੇ ਹੋਰ ਵੀ ਭਰਾ ਹੈਗੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਆ ਪਰ ਮੇਰੇ ਕੰਮ ਦਾ ਉਹਨਾਂ ਨੇ ਬਹੁਤ ਮੈਨੂੰ ਹੌਸਲਾ ਦਿੱਤਾ ਆ ਕਿ ਜਿਹਦੇ ਨਾਲ ਮੇਰੇ ਬਾੜਵਾਸੀਆਂ ਨੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਸਾਡਾ ਜਿਹੜਾ ਇੱਕ ਕਾਉਂਸਲਰ ਅਗਰ ਅਸੀਂ ਉਹਨੂੰ ਵੋਟਾਂ ਪਾਈਆਂ ਤੇ ਉਹਨੇ ਸਾਡੇ ਹੱਕ ਦੇ ਲਈ ਇਹ ਬਹੁਤ ਵਧੀਆ ਕੰਮ ਕੀਤਾ ਤਾਂ ਮੈਂ ਧੰਨਵਾਦ ਕਰਦਾ ਕਿ ਜਿਹੜੇ ਮੇਰੇ ਬਾੜਵਾਸੀ ਆ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਮੈਨੂੰ ਪਿੱਛੇ ਲਾ ਕੇ ਸਭ ਤੋਂ ਅੱਗੇ ਖੜਾ ਕਰ ਦਿੱਤਾ ਤਾਂ ਮੈਂ ਆਪਣੀ ਪਾਰਟੀ ਦਾ ਵੀ ਧੰਨਵਾਦ ਕਰਦਾ ਕੇਜੀਵਲ ਸਾਹਿਬ ਦਾ ਧੰਨਵਾਦ ਕਰਦਾ ਭਗਵਾਨ ਤੁਮਾਨ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਸਹਿਯੋਗ ਸਦਕਾ ਏ ਤੁਹਾਡੇ ਭਰਾ ਨੂੰ ਇੱਥੋਂ ਹੁਸ਼ਿਆਰਪੁਰ ਤੋਂ ਕੌਂਸਲਰ ਦੀ ਜਿਹੜੀ 2021 ਦੇ ਵਿੱਚ ਸੀਟ ਜਿੱਤੀ ਸੀ ਉਹ ਮੇਰੇ ਸਾਡੇ ਸਾਰੇ ਜਿੰਨੇ ਮੇਰੇ ਬਾੜਬਾਸੀਆ VOTER VOTER ਕਿ ਜਿਨ੍ਹਾਂ ਨੇ ਮੈਨੂੰ ਉਦੋਂ ਮੇਰੇ ਤੇ ਦਇਆ ਕੀਤੀ ਸੀ ਤੇ ਜਿਨ੍ਹਾਂ ਦੇ ਸਹਿਯੋਗ ਸਦਕਾ ਮੈਂ ਉਦੋਂ ਐਮਸੀ ਬਣਿਆ ਸੀ ਤੇ ਉਹਨਾਂ ਦੀ ਸੇਵਾ ਦੇ ਲਈ ਮੈਂ 24 ਘੰਟੇ ਤਿਆਰ ਰਹਿਣਾ ਲਾਸਟ ਵਿੱਚ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਉਸ ਬੋਰਡ ਦੇ ਉੱਪਰ ਐਂਬੂਲੈਂਸ ਦੀ ਵੀ ਸਰਵਿਸ ਦੇ ਲਈ ਇੱਕ ਮੇਰਾ ਨੰਬਰ ਦਿੱਤਾ ਗਿਆ ਹੈ ਕਿ ਜਿਹਦੇ ਵਿੱਚ ਕਿਸੇ ਵੀ ਬੰਦੇ ਨੂੰ ਐਂਬੂਲੈਂਸ ਦੀ ਜ਼ਰੂਰਤ ਪੈਂਦੀ ਹੈ ਮੇਰੇ ਬਾੜਵਾਸੀਆਂ ਨੂੰ ਉਹ ਮੈਨੂੰ ਕਾਲ ਕਰ ਸਕਦੇ ਆ ਕਿ ਜਿੱਦਾਂ ਕਿ ਮੇਰੀ ਜਿਹੜੀ ਪਰਸਨਲ ਕਾਰ ਹੈ ਉਹਦੇ ਵਿੱਚ ਮੈਂ ਹਸਪਤਾਲ ਤੱਕ ਉਹਨਾਂ ਨੂੰ ਡ੍ਰੌਪ ਕਰਕੇ ਆਉਂਗਾ ਕਿਉਂਕਿ ਕੁਝ ਬੰਦੇ ਜਿਹੜੇ ਬਾੜ ਦੇ ਵਿੱਚ ਹੈਗੇ ਆ ਕਿ ਜਿਨ੍ਹਾਂ ਕੋਲ ਆਪਣੀ ਕਾਰ ਨਹੀਂ ਹੈਗੀ ਉਹਨਾਂ ਦੇ ਸਹਿਯੋਗ ਦੇ ਲਈ ਮੈਂ 24 ਘੰਟੇ ਤਿਆਰ ਆ ਜਦੋਂ ਵੀ ਕਿਸੇ ਬੰਦੇ ਨੂੰ ਕੋਈ ਸਟੈਂਪ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਦੀ ਅਟੈਸਟੇਸ਼ਨ ਮੈਂ ਉਹਨਾਂ ਦੇ ਘਰ ਜਾ ਕੇ ਵੀ ਕਰਕੇ ਆਉਂਦਾ ਆ ਤੇ ਅਗਰ ਕੋਈ ਮੇਰੇ ਦਫ਼ਤਰ ਆਂਦਾ ਤੇ ਉਹ ਵੀ ਮੈਂ ਕਰਵਾ ਦਿੰਦਾ ਮੈਂ ਇਹ ਕਹਿੰਦਾ ਕਿ ਅਗਰ ਤੁਹਾਨੂੰ ਇਹ ਗੱਲ ਚੰਗੀ ਲੱਗੀ ਆ ਤੋ ਜਿਹੜੇ ਉਹਨਾਂ ਦੇ ਬਾੜਵਾਸੀ ਆ ਜਾਂ ਉਹ ਉਹ ਉਹਨਾਂ ਦੇ ਜਿਹੜੇ ਆਪ ਭਾਈ ਸਾਹਿਬ ਸਾਡੇ ਹੋਣ ਤੇ ਉਹਨਾਂ ਦੇ ਲਈ ਇਹ ਜਿਹੜਾ ਕੰਮ ਆ ਉਹਨਾਂ ਨੂੰ ਮੈਂ ਇਹ ਫਿਰ ਮੈਂ ਲਾਸਟ ਜੇ ਕਹੂੰਗਾ ਵੀ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਾਂ ਕਰਨਾ ਚਾਹੀਦਾ ਉਹ ਉਹਨਾਂ ਦਾ ਆਪਣਾ ਕੰਮ ਆ ਪਰ ਮੇਰੇ ਜਿਹੋ ਦਿਮਾਗ ਚ ਆਈ ਮੈਂ ਬਾੜਵਾਸੀਆਂ ਨਾਲ ਕਮਿਟਮੈਂਟ ਕੀਤੀ ਸੀ ਜਦੋਂ ਮੈਂ ਸਟੇਜ ਤੇ ਖੜ ਕੇ ਸਪੀਚ ਕਰਦਾ ਸੀ ਤੇ ਜਦੋਂ ਮੈਂ ਸਪੀਚ ਕਰਦਾ ਸਦੋਂ ਇਹੀ ਕਹਿੰਦਾ ਸੀ ਕਿ ਵੀ ਮੈਂ ਜਦੋਂ ਮੇਰੇ ਬੋਰ ਲੱਗੂਗੇ ਉਹਦੇ ਤੇ ਮੈਂ ਬਾਕਾਇਦਾ ਸਾਰੀਆਂ ਚੀਜ਼ਾਂ ਮੈਂ ਕਰੂੰਗਾ ਪਰ ਜਿੱਥੇ ਕਿਤੇ ਕਮੀ ਬਾਰ ਦੇ ਵਿੱਚ ਰਹਿੰਦੀਆਂ ਕੋਈ ਸੜਕਾਂ ਰਹਿੰਦੀਆਂ ਬੰਨਣ ਵਾਲੀਆਂ ਉਹ ਸਾਰੀਆਂ ਹੀ ਮੈਂ ਬਣਾਉਣੇ ਦੇ ਲਈ 24 ਘੰਟੇ ਉਹਨਾਂ ਦੀ ਮਿਹਨਤ ਤੇ ਉਹਨਾਂ ਲਈ ਕਰਦਾ ਆ ਭਈ ਜਿਹੜੇ ਕੰਮ ਰਹਿੰਦੇ ਉਹ ਵੀ ਮੈਂ ਜਲਦ ਹੀ ਕਰਵਾ ਦਊਗਾ ਪਾਰ ਦੇ ਲਈ ਜਿਹੜੇ ਕੰਮ ਆ ਉਹ ਮੈਂ ਇੱਧਰ ਹੀ ਬਹੁਤ ਸਾਰੀਆਂ ਚੀਜ਼ਾਂ ਸੋਚੀਆਂ ਨੇ ਜਿੱਦਾਂ ਕਿ ਆ ਮੇਰੇ ਬੋਰਾਂ ਵਾਲਾ ਕੰਮ ਸੀਗਾ ਉਹਦੇ ਤੋਂ ਬਾਅਦ ਕੁਝ ਜਗ੍ਹਾ ਤੇ ਡਸਟਬਿਨ ਲਗਾਉਣ ਵਾਲੇ ਰਹਿੰਦੇ ਆ ਜਾਂ ਉਹ ਲਗਾਣੇ ਆ ਉਹਦੇ ਲਈ ਮੈਂ ਆਪਣੇ ਬਾੜਵਾਸੀਆਂ ਨੂੰ ਉਹਨਾਂ ਨਾਲ ਸਹਿਯੋਗ ਕਰਕੇ ਜਾਂ ਸਲਾਹ ਕਰਕੇ ਇੱਕ ਜਿਹੜਾ ਇਹ ਮੇਰੇ ਬਾੜ ਦੇ ਵਿੱਚ ਜਿਹੜੀ ਕਿ ਪਲਾਸਟਿਕ ਦੁਕਾਨਾਂ ਤੇ ਜਾਨੀ ਕਿ ਲਫਾਫੇ ਵਿਕਦੇ ਆ ਉਹਨਾਂ ਸਾਰੇ ਵੀਰਾਂ ਨਾਲ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਜਿਹੜੇ ਲਫਾਫੇ ਆ ਉਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ ਜਿਹੜੇ ਮੇਰੇ ਬਾੜਵਾਸੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਘੱਟ ਤੋਂ ਘੱਟ ਵਰਤੋਂ ਕਰੋ ਤਾਂ ਕਿ ਜਿਹੜਾ ਸਾਡਾ ਸਮਾਜ ਆ ਇਹ ਜਿਹੜਾ ਪੋਲੀੂਸ਼ਨ ਆ 에ਅਰ ਦੇ ਵਿੱਚ ਫੈਲਿਆ ਆ ਜਾਂ ਜਿਹੜੀ ਤਾਂ ਤੇ ਜਿਹੜੀ ਗੰਦਗੀ ਪਈ ਆ ਉਹਦੇ ਤੇ ਕਾਫੀ ਹੱਦ ਤੱਕ ਜਿਹੜਾ ਕੀ ਉਹਦੇ ਤੇ ਠੱਲ ਪਾਈ ਜਾ ਸਕੇ ਤਾਂ ਕਿ ਜਿਹੜੇ ਮੇਰੇ ਸਫਾਈ ਸੇਵਕ ਭਰਾ ਆ ਮੇਰੇ ਸੀਬਰ ਮੈਨ ਭਰਾ ਆ ਸਾਡੀ ਕਾਰਪੋਰੇਸ਼ਨ ਦੀ ਰੀੜ ਦੀ ਹੱਡੀ ਆ ਉਹਨਾਂ ਦੇ ਲਈ ਵੀ ਕੋਈ ਸੁੱਖ ਦਾ ਸਾਹ ਆਵੇਗਾ ਅਗਰ ਸਾਰਿਆਂ ਦੇ ਸਾਡੇ ਸਹਿਯੋਗ ਦੀ ਪੂਰਨ ਤੌਰ ਤੇ ਜ਼ਰੂਰਤ ਆ